ਸਤ ਸ੍ਰੀ ਅਕਾਲ ਜੀ ਮੈਂ ਰਮਨਦੀਪ ਸਿੰਘ ਵਾਰੀ ਫਿਰ ਹਾਜ਼ਰ ਹਾਂ ਤੁਹਾਡੇ ਆਪਣੇ ਚੈਨਲ ਰਮਨ ਇੰਸਟੀਚਿਊਟ ਤੇ ਅਤੇ ਸਵਾਗਤ ਕਰਦਾ ਹਾਂ ਜੀ ਸਾਰਿਆਂ ਦਾ ਇੱਕ ਵਾਰ ਤੋਂ ਫਿਰ ਇਸ ਚੈਨਲ ਦੇ ਉੱਤੇ ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਰਿਕਵੈਸਟ ਹੈ ਕਿ ਜਿਹੜੇ ਵਿਦਿਆਰਥੀ ਇਸ ਚੈਨਲ ਤੇ ਪਹਿਲੀ ਵਾਰ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਅਤੇ ਨਾਲ ਹੀ ਬੈਲ ਆਈਕਨ ਤੇ ਕਲਿੱਕ ਕਰ ਲੈਣ ਤਾਂ ਜੋ ਤੁਹਾਨੂੰ ਜਿਹੜੀ ਆਉਣ ਵਾਲੀ ਲੇਟੈਸਟ ਵੀਡੀਓ ਉਹ ਸਭ ਤੋਂ ਪਹਿਲਾਂ ਮਿਲ ਜਾਈ ਰਹੀ ਸੋ ਇਸ ਚੈਨਲ ਦੇ ਉੱਤੇ ਪੀਐਸਟ ਐਟ ਸੀ ਐਟ ਮਾਸਟਰ ਗ੍ਰੇਡਰ ਐਂਡ ਟੀਟੀ ਦੀ ਪਟਵਾਰੀ ਦੇ ਐਗਜ਼ਾਮ ਦੇ ਨਾਲ ਸੰਬੰਧਿਤ ਵੀਡੀਓਜ਼ ਅਪਲੋਡ ਕੀਤੇ ਸੋ ਅੱਜ ਦੇ ਸੈਸ਼ਨ ਦੇ ਵਿੱਚ ਅਸੀਂ ਗੱਲ ਕਰਾਂਗੇ ਨੰਦ ਲਾਲ ਨੌਰਪਰੀ ਸੋ ਉਹਨਾਂ ਦੇ MCQ ਕਵੈਸਚਨ ਜਿਹੜੀ ਆਪਾਂ ਡਿਸਕਸ ਕਰਾਂਗੇ ਸੋ ਪਹਿਲਾਂ ਥਿਉਰੀ ਜਿਹੜੀ ਹੈ ਉਹ ਕੰਪਲੀਟ ਹੋ ਚੁੱਕੀ ਹੈ ਉਹ ਤੁਸੀਂ ਪਲੇਲਿਸਟ ਦੇ ਵਿੱਚ ਜਾ ਕੇ ਦੇਖ ਸਕਦੇ ਹੋ ਸੋ ਪਾਰਟ ਨੰਬਰ ਫਸਟ ਹੈ 20 MCQ ਰਹਿਣਗੇ ਜੋ ਕਿ ਮਾਸਟਰ ਜੀਦਰ ਅਤਿਆੰਤੀ ਨਟ Экਜ਼ਾਮ ਦੇ ਲਈ ਤੁਹਾਨੂੰ ਹੈਲਪਫੁਲ ਰਹਿਣਗੇ ਸੋ WhatsApp ਗਰੁੱਪ ਜੁਆਇਨ ਕਰਨ ਦੇ ਲਈ ਤੁਸੀਂ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ ਜਿੱਥੇ ਤੁਹਾਨੂੰ ਸਾਰੀਆਂ PDF ਆ ਜਿਹੜੀਆਂ ਉਹ ਮਿਲਦੀਆਂ ਰਹਿਣਗੀਆਂ ਸੋ ਗਰੁੱਪ ਜੇਕਰ ਤੁਸੀਂ ਜੁਆਇਨ ਕਰਨਾ ਚਾਹੁੰਦੇ ਹੋ ਫੀਸ ਪੇ ਕਰਕੇ ਇਸ ਦੇ ਵਿੱਚ ਐਡ ਹੋ ਸਕਦੇ ਹੋ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਸੁਝਾਅ ਦੇਣੀ ਤੁਸੀਂ ਨਾ ਭੁੱਲਿਆ ਕਰੋ ਅਤੇ ਜਿਹੜੇ ਵਿਦਿਆਰਥੀ ਨਵੇਂ ਆਉਂਦੇ ਹੁੰਦੇ ਨੇ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਸੋ ਅੱਜ ਲਈ ਮਾਫੀ ਚਾਹੁੰਨਾ ਕਿ ਅੱਜ ਜਿਹੜਾ ਸੈਸ਼ਨ ਆਫਲਾਈਨ ਰਹੇਗਾ ਕੱਲ੍ਹ ਵੀ ਆਫਲਾਈਨ ਰਹੇਗਾ ਬਟ ਪਰਸੋ ਜਿਹੜੀ ਹੈ ਤੁਹਾਨੂੰ ਲਾਈਵ ਕਲਾਸਿਸ ਦੁਆਰਾ ਤੋਂ ਮਿਲ ਜਾਣਗੀਆਂ ਸੋ ਫਸਟ ਕੁਐਸਚਨ ਹੈ ਇਹਦਾ ਨੰਦ ਲਾਲ ਨੂਰਪਰੀ ਕਿਹੜੇ ਦੌਰ ਦੇ ਕਵੀ ਹੈ অপਸ਼ਨ 1 ਹੈ ਪਹਿਲੇ ਦੌਰ ਦੇ অপশন 2 ਹੈ ਦੂਜੇ ਦੌਰ ਦੇ অপশন 3 ਹੈ ਤੀਜੇ ਦੌਰ ਦੇ ਅਤੇ অপশন 4 ਹੈ ਚੌਥੇ ਦੌਰ ਦੇ ਸੁਨੰਦ ਲਾਲ ਨੂਰਪਰੀ ਜਿਹੜੇ ਹੈਗੇ ਨੇ ਸੋ ਇਹ ਦੂਸਰੇ ਦੌਰ ਦੇ ਕਵੀ ਮੰਨੇ ਜਾਂਦੇ ਹੈਗੇ ਨੇ ਸੋ ਦੂਸਰੇ ਦੌਰ ਦੇ ਜਿਹੜੇ ਕਵੀਆਂ ਨੇ ਉਹਨਾਂ ਦੇ ਵਿੱਚ ਗਿਣਤੀ ਕੀਤੀ ਜਾਂਦੀ ਹੈ ਨੰਦਲਾ ਨੂਰਪਰੀ ਦੀ ਨੈਕਸਟ ਹੈ 2 ਨੰਬਰ ਨੰਦਨਾਲ ਨੂਰਪਰੀ ਦਾ ਜਨਮ ਕਦੋਂ ਹੋਇਆ ਸੋ অপਸ਼ਨ 1 ਹੈ 1906 ਦੇ ਵਿੱਚ অপਸ਼ਨ 2 ਹੈ 1910 ਦੇ ਵਿੱਚ অপਸ਼ਨ 3 ਹੈ 1904 ਦੇ ਵਿੱਚ ਅਤੇ অপਸ਼ਨ 4 ਹੈ 1909 ਦੇ ਵਿੱਚ ਸੋ ਰਾਈਟ ਆਨਸਰ ਇਸ ਦਾ A ਆਪਸ਼ਨ ਹੈ 1906 ਦੇ ਵਿੱਚ ਜਨਮ ਹੋਇਆ ਸੀ ਜੀ ਆਨੰਦ ਲਾਲ ਨੂਰਪਰੀਰਾ ਨੈਕਸਟ ਹੈ 3 ਨੰਬਰ ਆਨੰਦ ਲਾਲ ਨੂਰਪਰੀ ਦਾ ਜਨਮ ਕਿੱਥੇ ਹੋਇਆ ਸੀ ਆਪਸ਼ਨ 1 ਹੈ ਪੰਜਾਬ ਦੇ ਵਿੱਚ ਆਪਸ਼ਨ 2 ਹੈ ਲਾਇਲਪੁਰ ਦੇ ਵਿੱਚ ਆਪਸ਼ਨ 3 ਹੈ ਨੂਰਪੁਰ ਵਿਖੇ ਅਤੇ ਆਪਸ਼ਨ 4 ਹੈ ਉਪਰੋਕਤ ਸਾਰੇ ਰਾਈਟੈਸਟ ਆਨਸਰ D ਆਪਸ਼ਨ ਸੋਰੀ C ਸੋ ਨੂਰਪਰੀ ਪਿੰਡ ਸੀਗਾ ਜੀ ਜੋ ਕਿ ਪਾਕਿਸਤਾਨ ਦੇ ਪੰਜਾਬ ਦੇ ਵਿੱਚ ਜ਼ਿਲ੍ਹਾ ਲਾਹੌਰ ਦੇ ਵਿੱਚ ਸੀਗਾ ਨੂਰਪੁਰਪਿੰਡ ਉਹ ਸਥਾਨ ਵਿਖੇ ਨੰਦ ਲਾਲ ਨੂਰਪਰੀ ਦਾ ਜਨਮ ਹੋਇਆ ਸੀ ਇਸੇ ਆਧਾਰ ਦੇ ਉੱਪਰ ਹੀ ਇਹਨਾਂ ਦਾ ਨਾਮ ਜਿਹੜਾ ਉਹ ਨੰਦ ਲਾਲ ਨੂਰਪਰੀ ਜਿਹੜਾ ਉਹ ਪਿਆਸੀ ਸੀ ਨੈਕਸਟ ਹੈ 4 ਨੰਬਰ ਨੰਦ ਲਾਲ ਨੂਰਪਰੀ ਦੇ ਮਾਤਾ ਪਿਤਾ ਦਾ ਨਾਮ ਸੀ অপਸ਼ਨ 1 ਹੈ ਮਾਤਾ ਹੁਕਮੀ ਦੇਵੀ অপਸ਼ਨ 2 ਹੈ ਮਾਤਾ ਵਿਸ਼ਨ ਪਿਤਾ ਵਿਸ਼ਨ ਸਿੰਘ ਅਤੇ অপਸ਼ਨ 3 ਹੈ a ਅਤੇ b অপਸ਼ਨ ਅਤੇ অপਸ਼ਨ 4 ਹੈ ਕੋਈ ਨਹੀਂ ਜੀ ਰਾਈਟ ਆਨਸਰ ਹੈ ਸੀ অপਸ਼ਨ ਸੋ ਮਾਤਾ ਦਾ ਨਾਮ ਹੁਕਮੀ ਦੇਵੀ ਸੀ ਅਤੇ ਪਿਤਾ ਦਾ ਨਾਮ ਵਿਸ਼ਨ ਸਿੰਘ ਸੀਗਾ नैक्सट है पाँच नंबर नंद लाल नूरपरी ने एम ए कहे कॉलेज तो की ऑप्शन एक है खालसा कॉलेज तो ऑप्शन दो है नैशनल कॉलेज तो ऑप्शन तीन है एस तो, है तो। so, right so तो सी डी कॉलेज तो ऑप्शन चार है गुरु नानक कॉलेज तो सो राइट इस तरह सारी ऑप्शन सो खालसा कॉलेज लायलपुर तो उन्होंने एम ने। ए नैक्सट है छे नंबर विह तो बाद नूरपरी किता शुरू किया है लेखक का ऑप्शन दो है पेंटर का অপশন 3 ਹੈ ਅਧਿਆਪਨ ਦਾ ਅਤੇ অপশন 4 ਹੈ ਥਾਣੇਦਾਰ ਦਾ ਸੋ ਵਿਆਹ ਤੋਂ ਬਾਅਦ ਤੁਰੰਤ ਜਿਹੜਾ ਹੈ ਗ੍ਰੈਸਟੀ ਜੀਵਨ ਨੂੰ ਜਿਉਣ ਦੇ ਲਈ ਇਹਨਾਂ ਨੇ ਅਧਿਆਪਨ ਦਾ ਕਾਰਜ ਜਿਹੜਾ ਸ਼ੁਰੂ ਕੀਤਾ ਸੀ ਜਾਨਕਿ ਅਧਿਆਪਨ ਕਰਨਾ ਸ਼ੁਰੂ ਕਰ ਦਿੱਤਾ ਸੀ ਨੈਕਸਟ ਹੈ 8 ਨੰਬਰ 7 ਨੰਬਰ ਨੰਦਰਾਲ ਨੂਰਪਰੀ ਕਿਹੜੀ रियासत ਦੇ ਵਿੱਚ ਥਾਣੇਦਾਰ ਲੱਗਿਆ ਸੀ অপਸ਼ਨ 1 ਹੈ ਪੰਜਾਬ रियासत অপਸ਼ਨ 2 ਹੈ ਬੀਕਨੈਰ रियासत অপਸ਼ਨ 3 ਹੈ ਜਲੰਧਰ रियासत ਅਤੇ অপਸ਼ਨ 4 ਹੈ ਪਟਿਆਲਾ ਰਾਸ ਸੋ ਅਧਿਆਪਨ ਤੋਂ ਬਾਅਦ ਫਿਰ ਕੁਝ ਸਮੇਂ ਲਈ ਥਾਣੇਦਾਰ ਦੇ ਹੋਂਦੇ ਦੇ ਉੱਪਰ ਵੀ ਰਿਹਾ ਹੈ ਬੀਕਨੈਰ ਰਾਜਸਤਾਨ ਦੇ ਵਿੱਚ ਬੜੇ ਜਲਦੀ ਹੀ ਇਸ ਤੋਂ ਵੀ ਉਹਨਾਂ ਨੇ ਜਿਹੜਾ ਤਿਆਗ ਪੱਤਰ ਆਹੋ ਦੇ ਦਿੱਤਾ ਸੀ ਨੈਕਸਟ ਹੈ 8 ਨੰਬਰ ਗੀਤਾਂ ਦਾ ਬਾਦਸ਼ਾਹ ਕਿਸ ਕਵੀ ਨੂੰ ਕਿਹਾ ਜਾਂਦਾ ਹੈ অপਸ਼ਨ 1 ਹੈ ਨੰਦ ਲਾਲ ਨੌਰਪਰੀ অপਸ਼ਨ 2 ਹੈ ਅਨਸ ਰਾਜ ਹਾਂਸ অপਸ਼ਨ 3 ਹੈ ਰਣੇਂਦਰ ਸਿੰਘ ਕੋਪੂਰ অপਸ਼ਨ 4 ਹੈ ਸ਼ਿਵ ਕੁਮਾਰ ਬਟਾਲਵੀ ਸੋ ਗੀਤਾਂ ਦਾ ਬਾਦਸ਼ਾਹ ਇਹਨਾਂ ਦੇ ਵਿੱਚੋਂ ਨੰਦ ਲਾਲ ਨੌਰਪਰੀ ਨੂੰ ਕਿਹਾ ਜਾਂਦਾ ਹੈ ਨੈਕਸਟ ਹੈ 9 ਨੰਬਰ ਨੰਦ ਲਾਲ ਨੌਰਪਰੀ ਕਿਹੜੀ ਫਿਲਮ ਚ ਗਾਣੇ ਗਾਏ ਸਨ ਸੋ অপਸ਼ਨ 1 ਹੈ ਮੰਗਤੀ অপਸ਼ਨ 2 ਹੈ ਵਲਾਇਤ অপਸ਼ਨ 3 ਹੈ ਪਵਿੱਤਰ ਪਾਪੀ ਅਤੇ অপਸ਼ਨ 4 ਹੈ A ਅਤੇ B অপਸ਼ਨ ਸੋ ਨੰਦ ਲਾਲ ਨੂਰਪਰੀ ਨੇ ਦੋ ਫਿਲਮਾਂ ਦੇ ਵਿੱਚ ਜਿਹੜੇ ਗਾਣੇ ਗਏ ਸੀ ਇੱਕ ਮੰਗਤੀ ਅਤੇ ਦੂਸਰੀ ਸੀ ਵਲਾਇਤ ਮੂਵੀ ਇਹਨਾਂ ਦੋਨਾਂ ਦੇ ਵਿੱਚ ਗਾਣੇ ਜੋ ਗਾਏ ਗਏ ਸੀ ਉਹ ਨੰਦ ਲਾਲ ਨੂਰਪਰੀ ਦੇ ਦੁਆਰਾ ਗਾਏ ਗਏ ਸੀ ਨੈਕਸਟ ਹੈ 10 ਨੰਬਰ ਨੰਦ ਲਾਲ ਨੂਰਪਰੀ ਦੀਆਂ ਕਵਿਤਾਵਾਂ ਕਿਸ ਅਸਰ ਲੇਖ ਅਧੀਨ ਸ਼ਪਿਆਨ অপਸ਼ਨ 1 ਹੈ ਜਮੀਰ অপਸ਼ਨ 2 ਹੈ ਪੰਜਾਬ ਬੋਲਿਆ অপਸ਼ਨ 2 ਹੈ ਪੰਜ ਦਰਿਆ ਅਤੇ ਆਪਸ਼ਨ 4 ਹੈ ਅਪਰੋਕ ਸਰੰਗ ਰਾਈਟ ਅਨਸਰ ਬੀ ਆਪਸ਼ਨ ਸੁਰਲਾੰਦਰਾਲ ਊਰਪਰੀ ਦੀਆਂ ਕਵਿਤਾਵਾਂ ਜਿਹੜੀਆਂ ਮਰਨ ਤੋਂ ਬਾਅਦ ਛਪੀਆਂ ਨੇ ਸੋ ਉਹ ਪੰਜਾਬੀ ਬੋਲਿਆ ਸਰਲੇਖ ਦੇ ਅਧੀਨ ਛਪੀਆਂ ਨੇ ਨੈਕਸਟ ਹੈ 11 ਨੰਬਰ ਨੂਰਪਰੀਦੀ ਕਾਵਿ ਪ੍ਰਵਿਰਤੀ ਆਪਣੇ ਮਾਸਿਕ ਪੱਤਰ ਫਲਵਾੜੀ ਵਿੱਚ ਕੌਣ ਛਾਪਦੇ ਸਨ ਆਪਸ਼ਨ 1 ਹੈ ਹਰਿੰਦਰ ਸਿੰਘ ਆਪਸ਼ਨ 2 ਹੈ ਨਾਨਕ ਸਿੰਘ ਆਪਸ਼ਨ 3 ਹੈ ਹੀਰਾ ਸਿੰਘ ਦਰਦ ਅਤੇ ਆਪਸ਼ਨ 4 ਹੈ ਇਹ ਸਾਰੇ ਹੀ ਰਾਈਟ ਅਨਸਰ ਸੀ ਆਪਸ਼ਨ ਹੀਰਾ ਸਿੰਘ ਦਰਸ ਸੀਗੇ ਜਿਹੜੇ ਕਿ ਆਪਣੀ ਮਾਸਿਕ ਪੱਤਰ ਫਲਵਾੜੀ ਦੇ ਵਿੱਚ ਨੂਰਪਰੀ ਦੀ ਜਿਹੜੀ ਪ੍ਰਤਵਾਸੀ ਉਸ ਨੂੰ ਸਾਪਦੇ ਸੀਗੇ ਨੈਕਸਟ ਹੈ 12 ਨੰਬਰ ਭਾਸ਼ਾ ਵਿਭਾਗ ਪੰਜਾਬ ਨੇ ਕਿਹੜੇ ਕਾਵੀ ਸੰਗ੍ਰਹਿ ਨੂੰ ਸ਼੍ਰੋਮਣੀ ਕਾਵੀ ਕਰਾਰ ਦਿੱਤਾ ਸੀਗਾ ਅਨੰਦ ਲਾਲ ਨੂਰਪਰੀ ਦੇ ਨੂੰ ਆਪਸ਼ਨ 1 ਹੈ ਸੁਗਾਤ ਆਪਸ਼ਨ 2 ਹੈ ਵੰਗਾ ਆਪਸ਼ਨ 3 ਹੈ ਚਿੰਗਿਆੜੇ ਅਤੇ ਆਪਸ਼ਨ 4 ਹੈ ਪੰਜਾਬ ਬੋਲਿਆ ਰਾਈਟਸਟ ਆਨਸਰ ਏ ਆਪਸ਼ਨ ਸੁਗਾਤ ਕਾਵੀ ਸੰਗ੍ਰਹਿ ਸੀ ਜਿਸ ਨੂੰ ਕਿ ਭਾਸ਼ਾ ਵਿਭਾਗ ਪੰਜਾਬ ਦੇ ਵੱਲੋਂ ਸਭ ਤੋਂ ਅੱਛੀ ਪੁਸਤਕ ਸ਼੍ਰੋਮਣੀ ਕਾਵੀ ਵੱਲੋਂ ਨਿਰਧਾਰਤ ਕੀਤੀ ਗਈ ਸੀ ਨੈਕਸਟ ਹੈ 13 ਨੰਬਰ ਭਾਸ਼ਾ ਵਿਭਾਗ ਨੇ ਪੰਜਾਬ ਭਾਸ਼ਾ ਵਿਭਾਗ ਪੰਜਾਬ ਨੇ ਕਦੋਂ ਨੂਰਪਰੀਦੇਸ਼ ਸੁਗਾਤ ਕਾਵੀ ਸੰਗ੍ਰਹਿ ਨੂੰ ਸ਼੍ਰੋਮਣੀ ਕਾਵੀ ਐਕਰਾਰ ਦਿੱਤਾ ਸੀ অপਸ਼ਨ 1 ਹੈ 1950 ਦੇ ਵਿੱਚ অপਸ਼ਨ 2 ਹੈ 1967 ਦੇ ਵਿੱਚ অপਸ਼ਨ 3 ਹੈ 1960 ਦੇ ਵਿੱਚ ਅਤੇ অপਸ਼ਨ 4 ਹੈ 1965 ਦੇ ਵਿੱਚ ਰਾਈਟ ਆਨਸਰ ਹੈ ਸੀ অপਸ਼ਨ 1960 ਦੇ ਵਿੱਚ ਨੰਦ ਲਾਲ ਨੂਰਪਰੀ ਦੇ ਕਾਵਿ ਸੰਗ੍ਰਹਿ ਸੁਗਾਤ ਨੂੰ ਭਾਸ਼ਾ ਵਿਭਾਗ ਪੰਜਾਬ ਦੇ ਵੱਲੋਂ ਸ਼੍ਰੋਮਣੀ ਕਾਵੀ ਘਰਾੜ ਦਿੱਤਾ ਗਿਆ ਸੀ। ਨੈਕਸਟ ਹੈ 14 ਨੰਬਰ ਨੰਦ ਲਾਲ ਨੂਰਪਰੀ ਦੀ ਮੌਤ ਕਿਵੇਂ ਹੋਈ ਸੀ? ਆਪਸ਼ਨ 1 ਹੈ ਖੁਦ ਛਾਲ ਮਾਰ ਕੇ, ਆਪਸ਼ਨ 2 ਹੈ ਫਹਾ ਲੈ ਕੇ, ਆਪਸ਼ਨ 3 ਹੈ ਗੋਲੀ ਨਾਲ ਅਤੇ ਆਪਸ਼ਨ 4 ਹੈ ਬਿਮਾਰੀ ਦੇ ਨਾਲ। ਰਾਈਟ ਅਨਸਰ ਹੈ ਆਪਸ਼ਨ 1 ਸੁ ਖੋ ਦੇ ਵਿੱਚ ਛਾਲ ਮਾਰ ਕੇ ਇਹਨਾਂ ਨੇ ਆਪਣੀ ਮੌਤ ਜਿਹੜੀ ਉਹ ਕਰ ਲੈਤੀ ਸੀ। ਕਰਦਿਆਂ ਆਰਥਿਕ ਮਜਬੂਰੀਆਂ ਦੇ ਕਰਕੇ ਗਰੀਬੀ ਦਾ ਕਰਕੇ ਜਿਹੜਾ ਕਹਿ ਸਕਦੇ ਹਾਂ ਸੋ ਜਲਦੀ ਹੀ ਇਹਨਾਂ ਨੇ ਆਪਣੇ ਆਪ ਨੂੰ ਖਤਮ ਕਰ ਲਿਆ ਸੀ ਨੈਕਸਟ ਹੈ 15 ਨੰਬਰ ਨੰਦ ਲਾਲ ਨੂਰਪਰੀ ਦੇ ਗੀਤ ਹਨ অপਸ਼ਨ 1 ਹੈ ਚੰਨ ਵੇ ਕੇਸ਼ ਔਕਣ ਮੇਲੇ ਦੀ অপਸ਼ਨ 2 ਹੈ ਗੋਰੀ ਦੀਆਂ ਚਾਂਦਰਾ অপਸ਼ਨ 3 ਹੈ ਕਿੱਥੇ ਮਾਤਾ ਤੋਰੀਆ ਅਜੀਤ ਦੇ ਜਹਾਰ ਨੂੰ ਅਤੇ অপਸ਼ਨ 4 ਹੈ ਉਪਰੋਕਤ ਸਾਰੇ ਇਹ ਸਾਰੇ ਹੀ ਜਿਹੜੇ ਨੇ ਨੰਦ ਲਾਲ ਨੂਰਪਰੀ ਦੇ ਗੀਤ ਨੇ ਜੋ ਕਿ ਵੱਖ-ਵੱਖ ਕਲਾਕਾਰਾਂ ਦੇ ਦੁਆਰਾ ਗਾਏ ਗਏ ਨੇ ਨੈਕਸਟ ਹੈ सोलह नंबर नूरपुरी की मौत कदों हुई थी ऑप्शन एक है दस मई उन्नीस सौ सताहठ ऑप्शन दो है दस मई उन्नीस सौ छियाहठ ऑप्शन तीन है चौदह अक्टूबर उन्नीस सौ छपंजा ऑप्शन तीन है पंद्रह नवंबर उन्नीस सौ साठ राइट इस आंसर बी ऑप्शन सो दस मई उन्नीस सौ छियाहठ में मौत हुई थी नूरपुरी की मौत सो पंजाब की बंड हुई सरियाणा के पंजाब की उस समय उस साल के दौरान इन्ह की मौत हुई इस तरीके याद भी रख सकते हो नैक्सट है नूरपरी की पहली रचना किस भाषा में छपी ऑप्शन एक है पंजाबी ऑप्शन दो है ऑप्शन तीन है फारसी ऑप्शन चार है अंग्रेजी के सो नंद लाल नूरपुरी की पहली रचना थी जी उर्दू छपी सी नैक्सट है अठारह नंबर नूरपरी का आखिरी काव्य संग्रह कि है ऑप्शन एक है आरी सुगात ऑप्शन दो है चंग्याड़े ऑप्शन तीन है नूरपुरी देत ऑप्शन तीन है वंगम राइट आंसर ऑप्शन सो आरी सुगाथ आखिरी काव्य संग्रह से जो कि नंद लाल नूरपरी का जो कि मरण उपरंत छपया नैक्सट है उन्नीस नंबर नंद लाल नूरपुरी के काव्य संग्रह हैं ऑप्शन एक है आरी सुगात ऑप्शन दो है चंग्याड़ी ऑप्शन तीन है नूरपरी के गीत और ऑप्शन चार है अपरोकत सारी तो सारे ही जड़े काव्य संग्रह ने नंद लाल नूरपरी के ने गीत नैक्सट है बी नंबर किव्य संग्रह नूरपरी मरण उपरंत छपया से ऑप्शन एक है पंजाब बोलिया ऑप्शन दो है आरी सुगात ऑप्शन तीन है जोदा पंजाब ऑप्शन चार है A और बी ऑप्शन राइट है आंसर ए और बी ऑप्शन सो नंद लाल मोबाइल काव्य संग्रह से बोलिया तो आरी सुगात सो यह दो काव्य संग्रह जो मरण के उपरंत छपे सो अच्छे इन्हीं क्वेश्चन सो उम्मीद कर देंगे कि सब हेल्पफुल रहने, so, रहने सो कल का दिन जो ऑफलाइन रहने बट परसों जीडिया ने ਆਨਲਾਈਨ ਜਿਹੜੀਆਂ ਕਲਾਸੇ ਤੁਹਾਨੂੰ ਦੁਬਾਰਾ ਤੋਂ ਜਿਹੜੀਆਂ ਉਹ ਮਿਲ ਜਾਣਗੀਆਂ ਓਕੇ ਸੋ WhatsApp ਗਰੁੱਪ ਜੁਆਇਨ ਕਰਨ ਲਈ ਤੁਸੀਂ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਅਤੇ ਕਮੈਂਟ ਬਾਕਸ ਵਿੱਚ ਆਪਣੇ ਸੁਝਾਅ ਦੇਣੇ ਤੁਸੀਂ ਨਾ ਭੁੱਲਿਆ ਕਰੋ ਅਤੇ ਜਿਹੜੇ ਵਿਦਿਆਰਥੀ ਨਵੇਂ ਹੁੰਦੇ ਹੁੰਦੇ ਨੇ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਥੈਂਕ ਯੂ ਸੋ ਮੱਚ